ਹਾਂਜੀ ਸਰ, ਕੀ ਨਾਂ ਆਪਣਾ ਜੀ? ਭਾਈ ਮੇਰਾ ਨਾਂ ਅਨੁਜ ਮਹਾਜਨ ਹੈ। ਹਾਂਜੀ ਅਨੁਜ ਮਹਾਜਨ। ਹਾਂ ਸਰ, ਕੀ ਗੱਲ ਹੋ ਗਈ ਹੋਈ ਰਾਤੀ ਜਿਹੜੀ? ਭਾਈ ਰਾਤੀ ਕੋਈ ਤਕਰੀਬਨ 1:30 ਵਜੇ ਦੀ ਗੱਲ ਹੈਗੀ ਹੈ। ਉਹਦੇ 'ਚ ਕੀ ਸੀਗਾ ਕਿ ਕੋਈ ਮੈਂ 1:30 ਵਜੇ ਖੜਾਕ ਜਿਹਾ ਹੋਇਆ, ਮੈਂ ਬਾਹਰ ਨਿਕਲਿਆ, ਮੈਨੂੰ ਲੱਗਿਆ ਕਿ ਮੈਂ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਇੱਥੇ ਕਿਰਾਏ 'ਤੇ, ਅਤੇ ਉਹ ਜਦੋਂ ਖੜਾਕ ਜਿਹਾ ਹੋਇਆ ਮੈਨੂੰ ਲੱਗਿਆ ਸ਼ਾਇਦ ਕੋਈ ਉੱਪਰ ਹੀ ਅੰਦਰ ਆ ਗਿਆ। ਫਿਰ ਮੈਂ ਉੱਠਿਆ, ਮੈਂ ਦੇਖਿਆ ਦੋ ਮਤਲਬ ਉੱਥੇ ਦੀ ਐਂਟਰੈਂਸ ਹੈਗੀਆਂ ਉੱਪਰਨ ਦੀਆਂ, ਅਤੇ ਦੋਵੇਂ ਪਾਸੇ ਮੈਂ ਦੇਖਿਆ ਇੰਟੈਕਟ ਸੀਗਾ, ਕੋਈ ਮਤਲਬ ਟੁੱਟਿਆ ਹੋਇਆ ਕੁਛ ਨਹੀਂ ਸੀਗਾ, ਅਤੇ ਅੰਦਰ ਐਂਟਰੀ ਦਾ ਕੋਈ ਵੀ ਮੈਨੂੰ ਲੱਭਿਆ ਨਹੀਂ ਕਿ ਕੁਛ ਹੈਗਾ ਵੈ। ਫਿਰ ਮੈਂ ਨਾ ਜਿਹੜਾ ਮੇਨ ਐਂਟਰੈਂਸ ਹੈਗੀ ਉੱਧਰ ਖੋਲ੍ਹਣ ਲੱਗਾ, ਅਤੇ ਉਹ ਬਾਹਰੋਂ ਭਾਅ ਜੀ ਕੁੰਡਾ ਲੱਗਿਆ ਹੋਇਆ ਸੀਗਾ, ਉਹ ਜਾਲੀ ਦਾ ਦਰਵਾਜ਼ਾ ਹੈਗਾ ਵੈ। ਅਤੇ ਮੈਂ ਜਦੋਂ ਉੱਧਰ ਦੇਖਿਆ ਬਾਹਰ ਸਾਰਾ, ਅਤੇ ਥੱਲੇ ਨਾ ਮੈਨੂੰ ਇੱਕ ਦੋ ਬੰਦੇ ਮਤਲਬ ਇੱਦਾਂ ਲੱਭੇ ਕਿ ਜਿਵੇਂ ਕੋਈ ਹੈਗਾ ਵੈ ਬਾਹਰ ਗਲੀ ਦੇ ਵਿੱਚ ਨਜ਼ਰ ਪਈ ਜਿਹੜੀ ਪਈ ਮੇਰੀ। ਫਿਰ ਨਾ ਪਿੱਛੇ ਇੱਥੇ ਗੌਰਵ ਵਾਲੀਆ ਕਰਕੇ ਹੈਗੇ, ਮੈਂ ਉਹਨਾਂ ਨੂੰ ਫੋਨ ਕੀਤਾ ਰਾਤੀ, ਅਤੇ ਉਹ ਵੀ ਬਾਈ ਚਾਂਸ ਜਾਗ ਰਹੇ ਸੀਗੇ, ਅਤੇ ਉਹਨਾਂ ਨੇ ਫੋਨ ਚੁੱਕਿਆ, ਅਤੇ ਕਹਿੰਦੇ ਇੱਦਾਂ। ਫਿਰ ਮੈਂ ਗੱਲ ਕੀਤੀ, ਅਤੇ ਫਿਰ ਉਸੇ ਵੇਲੇ ਭਾਈ ਮੈਂ ਸੋਨ ਨੰਬਰ 'ਤੇ ਫੋਨ ਕਰਤਾ, ਜਿੱਥੋਂ ਮੈਨੂੰ ਈਵਨ ਉਹਨਾਂ ਨੇ ਪੂਰਾ ਆਪਣੀ ਰਿਪੋਰਟ ਲਿਖੀ, ਜੋ ਵੀ ਮੈਂ ਲਿਖਾਇਆ ਪੂਰਾ ਐਡਰੈਸ ਲਿਖਾਇਆ ਸਾਰਾ ਉੱਥੇ। ਫਿਰ ਉਹਨਾਂ ਦਾ ਮੈਨੂੰ ਇਮੀਡੀਏਟਲੀ ਮਤਲਬ ਤਕਰੀਬਨ 5 ਤੋਂ 7 ਮਿੰਟ ਦੇ ਵਿੱਚ ਮੈਨੂੰ ਫੋਨ ਆ ਗਿਆ ਲੋਕਲ ਤੋਂ, ਮੁਕੇਰੀਆਂ ਤੋਂ, ਕਿ ਜਿਹੜੇ ਪੈਟਰੋਲਿੰਗ 'ਚ ਹੋਣਗੇ ਜਾਂ ਥਾਣੇ ਤੋਂ, ਜਿੱਥੋਂ ਵੀ ਫੋਨ ਆਇਆ ਮੈਨੂੰ ਉਸੇ ਵੇਲੇ ਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਉਹ ਕਿਤੇ ਲਾਗੇ ਕਿਤੇ ਪਿੰਡ ਦੇ ਵਿੱਚ ਸੀਗੇ ਕਿਤੇ ਨਾ, ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਅਸੀਂ ਇੱਥੋਂ ਚੱਲ ਪਏ ਹਾਂ, ਪੁੱਜਣ ਦਾ ਟਾਈਮ ਲੱਗੂਗਾ। ਤਕਰੀਬਨ ਉਹਨਾਂ ਨੂੰ ਮੇਰੇ ਖਿਆਲ ਕੋਈ 25 ਤੋਂ 30 ਮਿੰਟ ਲੱਗ ਗਏ ਹੋਣਗੇ, ਜਾਂ 35 ਮਿੰਟ ਵੀ ਹੋ ਸਕਦੇ ਇੱਥੇ ਆਉਂਦੇ ਉਹਨਾਂ ਨੂੰ ਲੱਗ ਗਏ ਸੀਗੇ। ਇਨ ਬਿਟਵੀਨ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਗੌਰਵ ਵਾਲੀਆ ਜੀ ਦੇ ਘਰ, ਉੱਧਰ ਵੀ ਉਹ ਗਏ ਹੈਗੇ ਨੇ, ਉਹਨਾਂ ਨੇ ਉਹਨਾਂ ਦਾ ਵੀ ਕੈਮਰਾ ਤੋੜਿਆ ਹੈਗਾ, ਅਤੇ ਉੱਧਰ ਵੀ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਫਿਰ ਇਨ ਬਿਟਵੀਨ ਉਹਦਾ ਉੱਪਰ ਮੈਂ ਲੋਕ ਸੀਗਾ ਹੀ, ਸਾਰੇ ਲੋਕ ਹੋ ਗਏ ਹੋਏ ਸੀਗੇ ਉੱਪਰ, ਅਤੇ ਫਿਰ ਨਜ਼ਰ ਪਈ ਹੈ ਪਿੱਛੇ ਕੋਈ ਤਕਰੀਬਨ ਮੇਰੇ ਖਿਆਲ 5-6 ਬੰਦੇ ਸੀਗੇ, ਇਹ ਸਾਡੇ ਫਰੈਂਡ ਹੈਗੇ, ਇਹਨਾਂ ਦੀ 2 ਬਾਈਕ ਸੀਗੀਆਂ, ਇੱਕ SS ਅਤੇ ਇੱਕ ਮੋਟਰਸਾਈਕਲ ਹੈਗਾ, ਉਹ ਚੋਰੀ ਹੋਇਆ ਵੈ। ਅਤੇ ਉਸ ਤੋਂ ਇਲਾਵਾ ਥਰੈਟਰਿੰਗ ਵੀ ਸੀਗਾ, 5-6 ਬੰਦੇ ਤੁਸੀਂ ਕੀ ਕਰ ਲੂੰਗੇ ਉੱਥੇ। ਮੈਂ 1:30 ਵਜੇ ਦੇ ਆਲੇ ਦੁਆਲੇ ਦੀ ਹੈਗੀ ਹੈ, 1:30 ਤੋਂ ਮਤਲਬ 1 ਤੋਂ 2 ਵਜੇ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਜੋ ਸਾਰਾ ਇਹ ਗੱਲਬਾਤ ਹੋਈ। ਕਿੰਨੇ ਬੰਦੇ ਲਗਭਗ ਲੱਗਦੇ ਤੁਹਾਨੂੰ ਨਜ਼ਰ ਆ ਰਹੇ ਆ ਕਿ? ਮੈਨੂੰ ਮੇਰੇ ਹਿਸਾਬ ਨਾਲ ਜਦੋਂ ਮੈਂ ਦੌੜਦੇ ਜਾਂ ਗੱਡੀਆਂ 'ਤੇ ਦੌੜਦੇ ਦੇਖਿਆ, ਉਹ 5 ਤੋਂ 6 ਬੰਦੇ ਸੀਗੇ, ਬਟ ਜਿਹੜੀ ਫੁਟੇਜ ਆਪਣਾ ਗੌਰਵ ਵਾਲੀਆ ਜੀ ਕੋਲ ਹੈਗੀ ਹੈ, ਉਹ 7 ਤੋਂ 8 ਬੰਦੇ ਉਹਦੇ 'ਚ ਨਜ਼ਰ ਆ ਰਹੇ ਹੈਗੇ। ਕੀ ਸਮਾਨ ਕੀ ਲੈ ਕੇ ਗਏ ਆ? ਸਮਾਨ ਇਹਨਾਂ ਦਾ ਸੋਨੂੰ ਭਾਈ ਦਾ ਲੈ ਗਏ ਹੈਗੇ, ਇੱਕ ਮੋਟਰਸਾਈਕਲ ਹੈਗਾ ਅਤੇ ਇੱਕ SS ਹੈਗੀ ਹੈ, ਉਹ ਲੈ ਕੇ ਗਏ ਆ। ਅਤੇ ਬਾਕੀ ਕੁਛ ਇੱਥੋਂ ਕੁਛ ਜਿਹੜਾ ਆਪਾਂ ਦੇਖਿਆ ਹੈਗਾ, ਇੱਥੇ ਕੁਛ ਕੰਬਲ ਵਗੈਰਾ ਚੁੱਕ ਕੇ ਲੈ ਗਏ ਹੋਏ ਆ, ਸਾਰਾ ਵਿਖਰਿਆ ਹੋਇਆ। ਅਤੇ ਉਹ ਕੁਛ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਹਜੇ ਨਜ਼ਰ 'ਚ ਨਹੀਂ ਆ ਰਹੀਆਂ, ਜਿਹੜੀਆਂ ਸਾਨੂੰ ਪਤਾ ਚੱਲਦੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ। ਹੁਣ ਤੱਕ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਆ ਕੇ ਖਬਰਦਾਰ ਲਈ? ਦੇਖੋ ਜੀ, ਰਾਤੀ ਆਏ ਹੈਗੇ ਆ, ਅਤੇ ਸਵੇਰੇ ਅਸੀਂ 10 ਵਜੇ ਅਸੀਂ ਰਿਪੋਰਟ ਰਖਾਏ ਆ, 10 ਵਜੇ ਗਏ ਹਾਂ ਮੇਰੇ ਖਿਆਲ। ਫਿਰ ਅਸੀਂ ਰਿਪੋਰਟ ਸਾਰੀ ਬਣਵਾਈ, ਰਿਪੋਰਟ ਵਗੈਰਾ ਜਿੱਦਾਂ ਸਾਰਾ ਕਰਕੇ ਜਮ੍ਹਾਂ ਕਰਵਾਈ ਹੈ, ਮੇਰੇ ਖਿਆਲ 11:30-11 ਵਜੇ ਦੇ ਆਲੇ ਦੁਆਲੇ ਆਪਾਂ ਜਮ੍ਹਾਂ ਕਰਵਾਤੀ ਹੋਣੀ ਹੈ। ਅਤੇ ਉਸ ਤੋਂ ਬਾਅਦ ਦੇਖੋ ਜੀ, ਅਸੀਂ ਅਪਰੋਚ ਕਰ ਰਹੇ ਹਾਂ, ਹਜੇ ਤੱਕ ਕੋਈ ਨਹੀਂ ਆਇਆ। ਉਸ ਤੋਂ ਬਾਅਦ ਮੰਗ ਕੀ ਕਰਨੀ ਚਾਹੁੰਦੇ? ਮੰਗ ਕੀ ਹੈ ਜੀ, ਫਟਾਫਟ ਸਾਰਿਆਂ ਦੀ ਜਿਹੜੀ ਹੈਗੀ ਇਹਨਾਂ ਦੀ ਪਕੜ ਕੀਤੀ ਜਾਵੇ, ਜੋ ਕਿ ਸਾਨੂੰ ਰਾਤੀ ਪੁਲਿਸ ਵਾਲੇ ਭਾਈ ਸਾਹਿਬ ਆਏ ਸੀ, ਉਹ ਵੀ ਦੱਸ ਰਹੇ ਸੀਗੇ ਕਿ ਹੋਰ ਵੀ ਵਾਰਦਾਤਾਂ ਹੋ ਰਹੀਆਂ। ਦੇਖੋ ਹਜੇ ਤਾਂ ਇਹ ਹੈ, ਕੱਲ੍ਹ ਨੂੰ ਇਹ ਥਰੈਟਨਿੰਗ ਵੀ ਹੋ ਸਕਦਾ, ਕਿਸੇ 'ਤੇ ਅਟੈਕ ਹੋ ਸਕਦੇ ਆ, ਕਿਸੇ ਨੂੰ ਕੱਲ੍ਹ ਨੂੰ ਜਾਨ ਮਾਨ ਦਾ ਲੋਸ ਹੋ ਜਾਵੇ, ਕੌਣ ਉਹਦਾ ਜ਼ਿੰਮੇਵਾਰ ਹੈ, ਜਾਨ ਦਾ ਕੌਣ ਜ਼ਿੰਮੇਵਾਰ ਹੋਏਗਾ ਕੱਲ੍ਹ? ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਹਾਂ, ਕੀ ਗੱਲ ਹੋਈ ਰਾਤੀ? ਰਾਤੀ ਸਰ ਇੱਦਾਂ ਕਿ ਮੇਰਾ ਨਾ ਆਹ ਰੋਡ ਦੇ ਉੱਪਰ ਹੀ ਕਾਲਾ ਮਾਝ ਕੋਠੀ ਸੇਲ ਪਰਚੇਜ਼ ਦਾ ਕੰਮ ਹੈ 2-ਵੀਲਰ ਦਾ, ਹੈ ਨਾ। ਰਾਤ ਨੂੰ ਮਤਲਬ ਕਿ ਮੈਂ 2 ਗੱਡੀਆਂ ਇੱਥੇ ਪਾਰਕ ਕੀਤੀਆਂ ਸੀਗੀਆਂ ਆਪਣੇ ਇੱਥੇ ਜਿੱਥੇ ਵਾਰਦਾਤ ਨੂੰ ਅੰਜਾਮ ਮਿਲਿਆ, ਹੈ ਨਾ। ਅਤੇ ਰਾਤੀ 1:30 ਵਜੇ ਨਾ ਮੈਨੂੰ ਮਹਾਜਨ ਸਾਹਿਬ ਦਾ ਫੋਨ ਆਇਆ ਅਨੁਜ ਜੀ ਦਾ,
ਕਿ ਇੱਦਾਂ ਦਾ ਕਰਕੇ ਨਾ ਮਤਲਬ ਕੋਈ ਬੰਦੇ ਇੱਥੇ ਮਤਲਬ ਚੋਰੀ ਕਰਨ ਆਏ ਆ, ਹੈ ਨਾ। ਫਿਰ ਮੈਂ ਮਤਲਬ ਜਦ ਤੱਕ ਮੈਂ ਪੁੱਜਿਆ ਸੀ ਉਦ ਤੱਕ ਸਾਰੀ ਵਾਰਦਾਤ ਵਗੈਰਾ ਹੋ ਚੁੱਕੀ ਸੀ, ਹੈ ਨਾ। ਮੇਰੀ ਪ੍ਰਸ਼ਾਸਨ ਤੋਂ ਸਰ ਇਹੀ ਮੰਗ ਹੈ ਕਿ ਮੇਰੇ ਜਿਹੜੇ ਗੁਆਚੇ ਹੋਏ ਵਹੀਕਲ ਆ, ਇੱਕ ਸਕੂਟੀ ਸੀਗੀ ਜੀ ਆਪਣੇ ਅਸੈਸ 2023 ਮਾਡਲ, ਇੱਕ ਮੋਟਰਸਾਈਕਲ ਸੀਗਾ ਜੀ 2022 ਮਾਡਲ, ਹੈ ਨਾ। ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਉਹ ਸਾਨੂੰ ਮਤਲਬ ਜਲਦ ਇਹਨਾਂ ਵਿਰੁੱਧ ਕਾਰਵਾਈ ਹੋਵੇ, ਚੋਰਾਂ ਦੇ ਵਿਰੁੱਧ, ਅਤੇ ਜਲਦ ਤੋਂ ਜਲਦ ਮਤਲਬ ਕਿ ਉਹ ਸਾਨੂੰ ਸਾਡੇ ਮਤਲਬ ਵਹੀਕਲ ਵਾਪਸ ਮਿਲ ਜਾਣ, ਹੈ ਨਾ। ਇਸ ਮੁੱਦੇ 'ਤੇ ਆਪਾਂ ਸਵੇਰੇ ਰਿਪੋਰਟ ਲਿਖਵਾਉਣ ਵੀ ਗਏ ਜੀ ਇਹਨਾਂ ਕੋਲ, 10 ਵਜੇ ਦੇ ਕਰੀਬ ਆਪਾਂ ਰਿਪੋਰਟ ਲਿਖਵਾਈ, ਮੈਂ ਅਤੇ ਅਨੂ ਜੀ ਮਹਾਜਨ ਸਾਹਿਬ ਨਾਲ ਮੇਰੇ ਗਏ, ਅਤੇ ਉੱਥੇ ਮਤਲਬ ਇਹਨਾਂ ਨੇ ਸਾਨੂੰ ਕਿਹਾ ਕਿ ਥੋੜ੍ਹੀ ਦੇਰ ਤੱਕ ਅਸੀਂ ਮਤਲਬ ਮੌਕੇ 'ਤੇ ਪੁੱਜ ਰਹੇ, ਉੱਥੇ ਪੁੱਜ ਰਹੇ ਹਾਂ, ਅਤੇ ਤੁਸੀਂ ਮਤਲਬ ਆਪਣੇ ਮਤਲਬ ਤੁਸੀਂ ਪੁੱਜੋ, ਅਸੀਂ ਤੁਹਾਡੇ ਕੋਲ ਆ ਗਏ ਹਾਂ। ਪਰ ਸਰ ਹੁਣ ਲਗਭਗ 4:30 ਵਜੇ ਦਾ ਟਾਈਮ ਹੋ ਗਿਆ ਆ, ਮਤਲਬ 11 ਵਜੇ ਤੋਂ ਲੈ ਕੇ 4:30 ਵਜੇ ਤੱਕ ਸਾਡੇ ਕੋਲ ਹਜੇ ਤੱਕ ਕੋਈ ਨਹੀਂ ਆਇਆ, ਅਤੇ ਮੈਂ ਇਹੀ ਮੰਗ ਕਰਦਾ ਹਾਂ ਕਿ ਪੁਲਿਸ ਆਪਣੀ ਜੋ ਬਣਦੀ ਕਾਰਵਾਈ ਕਰੇ ਅਤੇ ਸਾਨੂੰ ਮਤਲਬ ਇਨਸਾਫ ਦਿੱਤਾ ਜਾਵੇ ਜੀ। ਠੀਕ ਹੈ।